ਪਰ ਪੰਜਾਬ ਦੇ ਵਿੱਚ ਇੱਕ ਗੱਲ ਇਹ ਹੁੰਦੀ ਹੈ ਕਿ ਮੋਦੀ ਸਰਕਾਰ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੀ ਹੈ ਔਰ ਉਸ ਯੂਨੀਫਾਰਮ ਸਿਵਲ ਕੋਡ ਦੇ ਨਾਲ ਮਾਈਨੋਰਿਟੀਜ਼ ਤੇ ਦਬਾਅ ਪਵੇਗਾ, ਉਹਨਾਂ ਦੀ ਜਿਹੜੀਆਂ ਧਾਰਮਿਕ ਪਰੰਪਰਾਵਾਂ ਨੇ, ਰਿਚੁਅਲਸ ਨੇ, ਉਹਨਾਂ ਨੂੰ ਇੱਕ ਖਾਸ ਖਾਕੇ ਦੇ ਵਿੱਚ ਬੰਨ ਦਿੱਤਾ ਜਾਏਗਾ। ਕੀ ਸੋਚਦੇ ਹੋ ਤੁਸੀਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ? ਕਿਉਂਕਿ ਭਾਰਤ ਦੇ ਵਿੱਚ ਇੰਨੀ ਡਾਇਵਰਸਿਟੀ ਹੈਗੀ ਹੈ, ਉਹਨੂੰ ਉਸਨੂੰ ਇੱਕ ਕੋਡ ਦੇ ਵਿੱਚ ਬੰਨਿਆ ਜਾਣਾ ਠੀਕ ਹੈ? ਯੂਨੀਫਾਰਮ ਸਿਵਲ ਕੋਡ ਤਿੰਨ ਚੀਜ਼ਾਂ 'ਤੇ ਆ, ਲਾਅ ਆਫ ਇਨਹੈਰੀਟੈਂਸ, ਵਿਰਾਸਤ ਕਿਰਤ, ਲਾਅ ਆਫ ਡਾਈਵੋਰਸ, ਲਾਅ ਆਫ ਅਡੋਪਸ਼ਨ। ਜ਼ਮੀਨ ਦੇ ਬੇਟੀ ਨੂੰ ਜਾਏਗੀ, ਬੇਟੇ ਨੂੰ ਜਾਏਗੀ, ਬਰਾਬਰ ਜਾਏਗੀ, ਇਹ ਆਲਰੇਡੀ ਹਾਈ ਕੋਰਟ, ਸੁਪਰੀਮ ਕੋਰਟਾਂ ਨੇ ਫੈਸਲੇ ਕਰਤੇ। ਜਿਹੜੀ ਇੱਕ ਵਿਆਹ ਹੋਏਗਾ, ਕਈ ਜਗ੍ਹਾ ਇਹਦੀ ਲੋੜ ਸੀ, ਜਿਵੇਂ ਇਸਲਾਮ ਦੇ ਵਿੱਚ ਬੱਚੀ ਦੀ ਮੈਰਿਜੇਬਲ ਏਜ ਬਹੁਤ ਛੋਟੀ ਰੱਖੀ ਗਈ ਹੈ। ਭਾਰਤੀ ਸੰਵਿਧਾਨ ਦੇ ਮੁਤਾਬਕ ਹੁਣ ਅਸੀਂ 18 ਸਾਲ ਮੰਨਦੇ ਹਾਂ, ਉਹਦੇ ਤਾਂ ਯੂਨੀਫਾਰਮਿਟੀ ਆਉਣੀ ਚਾਹੀਦੀ ਨਾ, ਸੰਵਿਧਾਨ ਦੀ ਬਾਲਾ ਦਸਤੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਕਿਸੇ ਵੀ ਧਰਮ ਦੇ ਰੀਤੀ ਰਿਵਾਜ਼ ਇਹ ਦੇ ਵਿੱਚ ਇਹ ਕਿਸੇ ਵੀ ਤਰ੍ਹਾਂ ਯੂਨੀਫਾਰਮ ਸਿਵਲ ਕੋਡ ਦਖਲਅੰਦਾਜ਼ੀ ਨਹੀਂ ਕਰੇ, ਨਹੀਂ ਕਰੇਗਾ। ਅਸੀਂ ਇਹਦੇ ਸਟੱਡੀ ਕੀਤੀ ਹੈ। ਲੇਕਿਨ ਜਿਹੜਾ ਇਹ ਹੈਗਾ, ਬਾਕੀ ਜਿਹੜਾ ਅਸੀਂ ਪਾਠ ਪੂਜਾ ਜੋ ਮਰਜ਼ੀ ਕਰੀਏ, ਹੱਜ ਜਾਈਏ, ਨਮਾਜ਼ ਪੜ੍ਹੀਏ, ਬੁੱਧ ਧਰਮ 'ਚ ਜਾਈਏ, ਜੈਨ ਨੂੰ ਮੰਨੀਏ, ਸਾਡੇ 'ਤੇ ਕੋਈ ਅਸਰ ਨਹੀਂ ਹੈਗਾ। ਜੈਨ ਧਰਮ ਦੇ ਮੁਤਾਬਕ ਸ਼ਾਦੀ ਕਰੀਏ, ਉਹ ਐਕਸੈਪਟੇਬਲ ਹੈ। ਬੁੱਧ ਧਰਮ ਮੁਤਾਬਕ, ਆਨੰਦ ਮੈਰਿਜ ਐਕਟ ਮੁਤਾਬਕ ਸਿੱਖ ਵਿਆਹ ਕਰਨ ਐਕਸੈਪਟੇਬਲ ਹੈ। ਗੱਲ ਤਾਂ ਇਹ ਹੈ ਵੀ ਲਾਅ, ਅਸੀਂ ਇੱਕ ਹੋਰ ਗੱਲ ਹੈ ਜਿਹਨੂੰ ਆਪਾਂ ਡਰ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ 1909 ਤੋਂ ਬਾਅਦ ਜਿਹੜਾ ਤੁਹਾਡਾ ਤੁਸੀਂ ਲਾਅ ਆਫ ਇਨਹੈਰੀਟੈਂਸ ਕਿਉਂ ਨਹੀਂ ਬਣਾਇਆ, ਆਪਣਾ ਲਾਅ ਆਫ ਅਡੋਪਸ਼ਨ ਕਿਉਂ ਨਹੀਂ ਹੈਗਾ, ਲਾਅ ਆਫ ਡਾਈਵੋਰਸ ਕਿਉਂ ਨਹੀਂ ਹੈਗਾ? ਅਸੀਂ ਗੱਲਾਂ ਤਾਂ ਬੜੀਆਂ ਕਰਦੇ ਹਾਂ।